ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਿਰਕਾ ਤੋਂ ਬਾਅਦ ਹੁਣ ਡੇਅਰੀ ਫਾਰਮਰਾਂ ਨੇ ਵੀ ਵਧਾਈਆਂ। ਦੁੱਧ ਦੀਆਂ ਕੀਮਤਾਂ 3 ਰੁਪਏ ਪ੍ਰਤੀ ਕਿਲੋ ਵਧਾਇਆ ਦੁੱਧ ਦਾ ਭਾਅ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੰਜਾਬ ਤੋਂ ਲੈ ਕੇ ਪੂਰੇ ਭਾਰਤ ਦੇ ਵਿੱਚ ਮਹਿੰਗਾਈ ਨੇ ਹਰ ਕਿਸੇ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਲੁਧਿਆਣਾ ਦੇ ਵਿੱਚ ਡੇਅਰੀ ਫਾਰਮਰਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦੁੱਧ ਦੀਆਂ ਕੀਮਤਾਂ ਵਿੱਚ ਇਜ਼ਾਫਾ ਕਰ ਦਿੱਤਾ ਗਿਆ। 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਇਹ ਇਜ਼ਾਫਾ ਕੀਤਾ ਗਿਆ ਹੈ, ਜੋ 1 ਦਸੰਬਰ ਤੋਂ ਪੂਰੇ ਪੰਜਾਬ 'ਚ ਲਾਗੂ ਹੋ ਜਾਵੇਗਾ। ਇਸ ਤੋਂ 6 ਮਹੀਨੇ ਪਹਿਲਾਂ ਵੀ ਕੀਮਤਾਂ ਵਧਾਈਆਂ ਗਈਆਂ ਸਨ। ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਕਿਹਾ ਕਿ ਆਉਂਦੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਕੀਮਤਾਂ ਵਿੱਚ ਹੋਰ ਵੀ ਇਜ਼ਾਫਾ ਕਰਨਾ ਪੈ ਜਾਵੇ। ਇਸ ਸੰਬੰਧ ਵਿੱਚ ਹੈਬੋਵਾਲ ਡੇਅਰੀ ਕੰਪਲੈਕਸ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਕੀ ਕਿਹਾ, ਆਓ ਮਾਰਦੇ ਹਾਂ ਨਜ਼ਰ। ਮੇਰਾ ਨਾਮ ਪਰਮਜੀਤ ਸਿੰਘ ਹੈ ਜੀ, ਮੈਂ ਡੇਅਰੀ ਹੈਬੋਵਾਲ ਡੇਅਰੀ ਕੰਪਲੈਕਸ ਐਜ਼ ਏ ਚੇਅਰਮੈਨ ਹੈ। ਅੱਜ ਦਾ ਜਿਹੜਾ ਮੇਨ ਮੋਟਿਵ ਸਾਡਾ ਹੈਗਾ ਇਹ ਪ੍ਰੈਸ ਕਾਨਫਰੰਸ ਕਰਨ ਦਾ, ਉਹ ਇਹ ਹੈਗਾ ਕਿ ਡੇਅਰੀ ਫਾਰਮਰ ਬਹੁਤ ਹੀ ਜ਼ਿਆਦਾ ਘਾਟੇ 'ਚ ਜਾ ਰਿਹਾ ਹੈਗਾ। ਸਿੱਧਾ ਸਿੱਧਾ ਕਾਰਨ ਹੈ ਕਿ ਇਹਦਾ ਕਿ ਮਹਿੰਗਾਈ ਹੈ, ਇੰਨੀ ਕੁ ਮਹਿੰਗਾਈ ਵੱਧ ਚੁੱਕੀ ਹੈ ਕਿ ਮੇਰੇ ਖਿਆਲ ਦੇ ਵਿੱਚ ਪਿਛਲੇ 3 ਮਹੀਨੇ ਤੋਂ ਸਾਡੇ ਹੈਬੋਵਾਲ ਡੇਅਰੀ ਫਾਰਮ ਦੇ ਵਿੱਚ ਕਰੀਬ ਕਰੀਬ 100 ਫਾਰਮਰ ਜਿਹੜੇ ਹੈ ਉਹ ਇਸ ਧੰਦੇ ਨੂੰ ਛੱਡ ਚੁੱਕੇ ਹੈ। ਉਹਨਾਂ ਨੇ ਆਪਣੇ ਡੰਗਰ ਸੇਲ ਕਰ ਦਿੱਤੇ ਹੋਏ ਆ ਔਰ ਇਸ ਕੰਮ ਦੇ ਵਿੱਚ ਪ੍ਰੋਫਿਟ ਨਹੀਂ ਹੈਗਾ, ਲੋਸ ਹੈ, ਉਹ ਇਸ ਧੰਦੇ ਨੂੰ ਛੱਡ ਕੇ ਜਾ ਚੁੱਕੇ ਹੈ। ਕਿਉਂਕਿ ਮੇਨ ਚੀਜ਼ਾਂ ਜਿਹੜੀਆਂ ਗ੍ਰੇਨਸ ਜਿਹੜਾ ਬੜੇ ਮਹਿੰਗੇ ਹੋ ਚੁੱਕੇ ਆ, ਸਰਕਾਰ ਵੱਲੋਂ ਕਣਕ ਦੇ ਰੇਟ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈਗਾ, ਮੱਕੀ ਦਾ ਰੇਟ ਵੱਧ ਗਿਆ ਹੈਗਾ, ਸਰੋਂ ਖਲ, ਬਣੇਵੇਂ ਖਲ, ਹਰ ਚੀਜ਼ ਦਾ ਮਹਿੰਗਾ ਰੇਟ ਹੋ ਗਿਆ। ਸਪੈਸ਼ਲੀ ਤੂੜੀ, ਜਿਹੜਾ ਕਿ ਡੰਗਰ ਜਿਹਦੇ ਤੋਂ ਬਿਨਾਂ ਰੱਜ ਨਹੀਂ ਸਕਦਾ, ਤੂੜੀ ਇੱਕ ਇੱਦਾਂ ਦੀ ਚੀਜ਼ ਹੈ ਡੇਅਰੀ ਫਾਰਮਰ ਲਈ ਜਿਹੜੀ ਕਿ ਸਾਨੂੰ ਮਿਲ ਹੀ ਨਹੀਂ ਰਹੀ, ਬਹੁਤ ਪ੍ਰੋਬਲਮ ਹੈ। ਤੂੜੀ ਦਾ ਰੇਟ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ ਇਸ ਸਾਲ 300 ਰੁਪਏ ਪ੍ਰਤੀ ਕੁਇੰਟਲ ਵੱਧ ਚੁੱਕਿਆ, ਪਰ ਤੂੜੀ ਫਿਰ ਵੀ ਨਹੀਂ ਮਿਲਦੀ ਹੈਗੀ, ਜਿਹਦੇ ਕਿ ਅਲਟਰਨੇਟਿਵ ਸਾਨੂੰ ਪਰਾਲੀ ਪਾਉਣੀ ਪੈ ਰਹੀ ਹੈ, ਜਿਹਦਾ ਕਿ ਡੰਗਰ ਨੂੰ ਨੁਕਸਾਨ ਹੈ ਪਰਾਲੀ ਦਾ, ਪਰ ਫਿਰ ਵੀ ਅਸੀਂ ਪਾ ਰਹੇ ਹਾਂ। ਉਹਦਾ ਕੋਈ ਸਾਡੇ ਕੋਲ ਸਲਿਊਸ਼ਨ ਨਹੀਂ ਹੈ, ਕਿਉਂਕਿ ਤੂੜੀ ਪ੍ਰੋਪਰ ਨਹੀਂ ਮਿਲ ਰਹੀ। ਤੂੜੀ ਜਿਹੜੀ ਹੈ ਕਿ ਨਜਾਇਜ਼ ਤੌਰ 'ਤੇ ਡਾਈਂਗਾਂ ਦੇ ਵਿੱਚ ਜਾਂ ਪੇਪਰ ਮਿਲਸ ਦੇ ਵਿੱਚ ਜਾ ਰਹੀ ਹੈ, ਉਹਦਾ ਕੀ ਦੁਰਵਰਤੋਂ ਹੋ ਰਹੀ ਹੈ ਉਹ ਸਭ ਪਤਾ ਹੈਗਾ, ਸਰਕਾਰ ਨੂੰ ਵੀ ਪਤਾ ਹੈਗਾ, ਸਾਨੂੰ ਵੀ ਪਤਾ, ਬਟ ਉਹਦਾ ਕੋਈ ਮਤਲਬ ਕਿ ਉਹਦਾ ਹੱਲ ਨਹੀਂ ਹੋ ਰਿਹਾ। ਤੂੜੀ ਡੰਗਰ ਦੇ ਵਾਸਤੇ ਬਣਾਈ ਜਾਂਦੀ ਹੈ, ਖਾਣ ਵਾਸਤੇ, ਉਹਦਾ ਮਿਸਯੂਜ਼ ਹੋ ਰਿਹਾ, ਉਹਨੂੰ ਰੋਕਿਆ ਜਾਵੇ। ਸਰਕਾਰ ਤੋਂ ਅਪੀਲ ਕਰਦੇ ਹਾਂ ਔਰ ਇਹ ਵੀ ਅਪੀਲ ਕਰਦੇ ਹਾਂ ਕਿ ਜੋ ਫੀਡਸ ਹੈ, ਕੈਟਲ ਫੀਡਸ ਹੈ, ਉਹ ਸਾਨੂੰ ਮਿਨੀਮਮ ਰੇਟ 'ਤੇ ਕੋਈ ਸਬਸਿਡੀ 'ਤੇ ਪ੍ਰੋਵਾਈਡ ਕਰਾਈ ਜਾਵੇ, ਤਾਂ ਜੋ ਡੇਅਰੀ ਫਾਰਮਰ ਬਚ ਸਕੇ, ਲੋਕਾਂ ਨੂੰ ਕੁਆਲਿਟੀਜ਼ ਦੁੱਧ ਮਿਲ ਸਕੇ, ਇਹੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਜੀ। ਰੇਟ ਦੇ ਮੈਂ ਤੁਹਾਨੂੰ ਬਹੁਤ ਹੀ ਕਲੀਅਰ ਦੱਸ ਦਿੰਦਾ, ਵੱਖ ਵੱਖ ਰੇਟਸ ਹੈ, ਜਿੱਦਾਂ ਕਿ ਗਾਂ ਔਰ ਮੱਝ ਦੇ ਦੁੱਧ ਦਾ ਰੇਟ ਹੈ ਉਹ ਅਲੱਗ ਹੈ, ਇਕੱਲੇ ਮੱਝ ਦੇ ਦੁੱਧ ਦਾ ਰੇਟ ਅਲੱਗ ਹੈ, ਇਹ ਡਿਸੀਜ਼ਨ ਫੈਟ ਦੇ ਉੱਪਰ ਹੁੰਦਾ ਕਿੰਨੀ ਫੈਟ ਹੈ ਉਸ ਹਿਸਾਬ ਨਾਲ ਦੁੱਧ ਹੈ। ਅਪਰੋਕਸੀਮੇਟ ਲੁਧਿਆਣਾ ਸ਼ਹਿਰ ਦੇ ਵਿੱਚ 55 ਰੁਪਏ ਦੇ ਆਸ ਪਾਸ ਦੁੱਧ ਸੇਲ ਹੁੰਦਾ, ਕਿਸੇ ਇੱਕ ਦੋ ਜਗ੍ਹਾ 'ਤੇ 2-3 ਰੁਪਏ ਘੱਟ ਵੀ ਹੋਊਗਾ, 1-2-3 ਰੁਪਏ ਵੱਧ ਵੀ ਹੋਊਗਾ, ਹੋ ਸਕਦਾ ਏਰੀਆ ਵਾਈਜ਼ ਹੈ, ਕਿਉਂਕਿ ਕਿਤੇ ਗਾਂ ਦਾ ਦੁੱਧ ਜ਼ਿਆਦਾ ਮਿਕਸ ਹੁੰਦਾ, ਕਿਤੇ ਮੱਝ ਦਾ ਦੁੱਧ ਜ਼ਿਆਦਾ ਹੁੰਦਾ, ਉਹਦਾ ਕਰਕੇ ਵੇਰੀਏਸ਼ਨ ਹੈ। ਅਸੀਂ 3 ਰੁਪਏ ਕਿਲੋ ਹਰ ਕੈਟਾਗਰੀ ਨੂੰ ਵਧਾ ਰਹੇ ਹਾਂ, ਉਹਦੇ ਵਿੱਚ 2-3 ਕੈਟਾਗਰੀਜ਼ ਹੈਗੀਆਂ, ਉਹ 3 ਰੁਪਏ ਪਰ ਕਿਲੋ ਹਰ ਕੈਟਾਗਰੀ ਦੇ ਵਿੱਚ ਵਧਾ ਰਹੇ ਹਾਂ। ਜਿਹੜਾ ਨੁਕਸਾਨ ਹੋ ਸਕਦਾ, ਕਿਉਂਕਿ ਵੇਰਕਾ ਨੇ ਵੀ ਰੇਟ ਵਧਾਇਆ ਵਾ, ਤੁਸੀਂ ਵੀ ਰੇਟ ਵਧਾ ਰਹੇ ਹੋ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਹੋਰ ਵੀ ਰੇਟ ਵੱਧ ਸਕਦਾ। ਦੇਖੋ ਜੀ, ਗੱਲ ਇਹ ਹੈ ਕਿ ਬਿਲਕੁਲ ਆਮ ਲੋਕਾਂ 'ਤੇ ਬੋਝ ਹੈ, ਅਸੀਂ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ, ਬਟ ਸਾਡੀ ਬਹੁਤ ਵੱਡੀ ਮਜਬੂਰੀ ਹੈ, ਇਸ ਕਰਕੇ ਅਸੀਂ ਰੇਟ ਵਧਾਉਣ ਜਾ ਰਹੇ ਹਾਂ। ਔਰ ਮੈਨੂੰ ਲੱਗਦਾ ਕਿ ਜੋ ਹਾਲਾਤ ਬਣਦੇ ਜਾ ਰਹੇ ਨੇ, ਆਉਣ ਵਾਲੇ ਟਾਈਮ ਦੇ ਵਿੱਚ ਜਾਂ ਤਾਂ ਡੇਅਰੀ ਫਾਰਮਿੰਗ ਬੰਦ ਹੋ ਜਾਊਗੀ ਜਾਂ ਫਿਰ ਰੇਟ ਹੋਰ ਇਨਕਰੀਜ਼ ਹੋਣਗੇ, ਇਹ ਲੋਕਾਂ ਉੱਤੇ ਬੋਝ ਹੋਰ ਪੈਣਾ ਹੈਗਾ। ਉਹਦਾ ਸਿੱਧਾ ਸਿੱਧਾ ਕਾਰਨ ਹੈ ਕਿ ਮਹਿੰਗਾਈ, ਇਸ ਮਹਿੰਗਾਈ ਨੂੰ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ।
ਅਸੀਂ ਸਰਕਾਰ ਤੋਂ ਵਾਰ ਵਾਰ ਅਪੀਲ ਕਰਦੇ ਹੈਗੇ ਹੁਣ ਤੱਕ ਕਿਸੇ ਸਰਕਾਰ ਪੱਖੋਂ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਸਬਸਿਡੀ ਦਿੱਤੀ ਜਾ ਰਹੀ ਨਹੀਂ ਡੇਅਰੀ ਫਾਰਮਰ ਨੋ 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 ਨਥਿੰਗ ਸਾਨੂੰ 1% ਵੀ ਕੋਈ ਵੀ ਕਿਸੇ ਤਰ੍ਹਾਂ ਦੀ ਸਬਸਿਡੀ ਨਹੀਂ ਮੁਹੱਈਆ ਕਰਾਈ ਜਾ ਰਹੀ ਔਰ ਮੇਰੇ ਖਿਆਲ 'ਚ ਕਦੇ ਵੀ ਨਹੀਂ ਮੇਰੇ ਦੇਖਦੇ ਦੇਖਦੇ ਤਾਂ ਕਦੇ ਵੀ ਸਾਨੂੰ ਕੋਈ ਚੀਜ਼ 'ਤੇ ਸਬਸਿਡੀ ਨਹੀਂ ਮਿਲੀ ਹੈਗੀ ਔਰ ਅੱਗੇ ਕੋਈ ਅਗਰ ਕੁਛ ਇੱਦਾਂ ਦਾ ਉਪਰਾਲਾ ਸਰਕਾਰ ਕਰੇ ਤਾਂ ਉਹ ਜਿਹੜਾ ਦੁੱਧ ਹੈ ਸਸਤਾ ਬਣੇ ਤਾਂ ਅਸੀਂ ਸਸਤਾ ਨੂੰ ਵੇਚਣ ਨੂੰ ਵੀ ਤਿਆਰ ਸਰਕਾਰਾਂ ਇਸ ਚੀਜ਼ ਦੀ ਦਾਅਵਾ ਕਰ ਰਹੀਆਂ ਨੇ ਕਿ ਸਬਸਿਡੀ ਦਿੱਤੀ ਜਾਂਦੀ ਹੈ ਡੇਅਰੀ ਫਾਰਮਿੰਗ ਨੂੰ ਵੀ ਦਿੱਤੀ ਜਾਂਦੀ ਹੈ ਫਾਰਮ ਨਹੀਂ ਇਹ ਖੋਖਲੇ ਦਾਵੇ ਜੀ ਸਾਨੂੰ ਕੋਈ ਇੱਧਰ ਲੁਧਿਆਣੇ ਸ਼ਹਿਰ ਦੇ ਵਿੱਚ ਦੋ ਕੰਪਲੈਕਸ ਹੈ ਬੜੇ ਵੱਡੇ ਇੱਕ ਡੇਅਰੀ ਕੰਪਲੈਕਸ ਹੈਬੋਵਾਲ ਹੈ ਇੱਕ ਡੇਅਰੀ ਕੰਪਲੈਕਸ ਤਾਜਪੁਰ ਹੈ ਮੇਰੇ ਖਿਆਲ ਦੇ ਵਿੱਚ ਸਾਨੂੰ ਈਵਨ 1% ਵੀ ਕੋਈ ਸਬਸਿਡੀ ਨਹੀਂ ਹੈ ਡੇਅਰੀ ਕੰਪਲੈਕਸ ਵਿੱਚ ਹੈਬੋਵਾਲ ਦੀ ਗੱਲ ਕਰੀਏ ਤਾਂ 600 ਦੇ ਕਰੀਬ ਹੈ ਔਰ ਜੇ ਤਾਜਪੁਰ ਦੀ ਗੱਲ ਕਰੀਏ ਤਾਂ ਉਹ 150 ਹੈ ਜਿਹੜੇ ਕਿ ਐਟ ਪ੍ਰੈਜੈਂਟ ਹੁਣ ਘੱਟ ਚੁੱਕੇ ਆ ਨੰਬਰ ਆਫ ਕਿਉਂਕਿ 100 ਦੇ ਕਰੀਬ ਤਾਂ ਸਾਡੇ ਘੱਟ ਚੁੱਕੇ ਆ 500 ਰਹਿ ਗਏ ਆ ਇੱਧਰੋਂ ਵੀ 25-30 ਫਾਰਮਰ ਇੱਧਰ ਘੱਟ ਚੁੱਕੇ ਆ ਆਪਣੇ ਤਾਜਪੁਰ ਰੋਡ ਦੇ ਅਤੇ ਦੁੱਧ ਪ੍ਰੋਡਿਊਸ ਤਾਂ ਹੁਣ ਪਹਿਲਾਂ ਜ਼ਿਆਦਾ ਹੁੰਦਾ ਸੀ ਮੇਰੇ ਖਿਆਲ 'ਚ ਲੁਧਿਆਣੇ ਅਗਰ ਗੱਲ ਕਰੀਏ ਅਸੀਂ ਹੈਬੋਵਾਲ ਡੇਅਰੀ ਕੰਪਲੈਕਸ ਦੀ ਉਹ ਕਰੀਬ 350 ਲੀਟਰ ਪ੍ਰੋਡਿਊਸ ਕਰਦਾ ਸੀਗਾ ਲੇਕਿਨ ਹੁਣ ਉਹਦੀ ਜਿਹੜੀ ਹੈ ਕਿ ਉਹ ਕਾਫੀ ਘੱਟ ਚੁੱਕਿਆ ਕਿਉਂਕਿ ਡੇਅਰੀ ਫਾਰਮਰ ਡੇਅਰੀਆਂ ਸੇਲ ਕਰੀ ਜਾ ਰਹੇ ਆ ਮੱਝਾਂ ਜਿਹੜੀਆਂ ਉਹ ਸਲੈਡਰ ਹਾਊਸ 'ਤੇ ਜਾ ਰਹੀਆਂ ਨੇ ਉਹਨਾਂ ਦਾ ਕੋਈ ਹੱਲ ਨਹੀਂ ਹੈ ਕਿਉਂਕਿ ਕੋਈ ਹੱਲ ਹੀ ਨਹੀਂ ਹੈ ਫਿਲਹਾਲ ਤਾਂ ਕਿਉਂਕਿ ਡੇਅਰੀ ਫਾਰਮਰ ਵੀ ਹੋਰ ਮੱਝਾਂ ਨਹੀਂ ਖਰੀਦਦਾ ਕਿਉਂਕਿ ਉਹਨੂੰ ਵੀ ਪਤਾ ਘਾਟੇ ਵਾਲਾ ਕੰਮ ਹੈ ਘਾਟੇ ਵਾਲਾ ਕੰਮ ਕੌਣ ਕਰੂਗਾ ਇੰਨੀ ਮਿਹਨਤ ਹੱਥ ਤੋੜ ਕੇ ਮਿਹਨਤ ਕਰਦੇ ਹਾਂ ਸਵੇਰੇ ਅਰਲੀ ਉੱਠਦੇ ਹਾਂ 2 ਵਜੇ 2:30 ਵਜੇ ਹਰ ਬੰਦਾ ਉੱਠ ਕੇ ਡੇਅਰੀ ਫਾਰਮਰ ਆਪਣੀ ਜੋਬ 'ਤੇ ਲੱਗ ਜਾਂਦਾ ਅਤੇ ਜਿਸ ਤੋਂ ਬਾਅਦ ਕੁਛ ਬਚੂਗਾ ਨਹੀਂ ਤਾਂ ਧੰਦਾ ਛੱਡਣਾ ਹੀ ਪੈਣਾ ਇਹ ਦੁੱਧ ਰੇਟ ਲਾਸਟ ਅਸੀਂ ਮਈ ਦੇ ਵਿੱਚ 2019 'ਚ ਵਧਾਏ ਸੀਗੇ 2 ਰੁਪਏ ਕਿਲੋ ਹੁਣ ਇਹ 3 ਰੁਪਏ ਕਿਲੋ ਅਸੀਂ ਫਿਰ ਵਧਾਉਣ ਜਾ ਰਹੇ ਹਾਂ ਉਹ ਸਾਡੀ ਬੜੀ ਵਧੀ ਮਜਬੂਰੀ ਹੈ ਔਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹਦਾ ਰੇਟ ਹੋਰ ਵੀ ਵੱਧ ਸਕਦਾ ਕਿਉਂਕਿ ਲਗਾਤਾਰ ਜੋ ਹੈ ਕਿ ਹਰ ਚੀਜ਼ ਦੇ ਵਿੱਚ ਵਾਧਾ ਹੋ ਰਿਹਾ ਖਾਸ ਕਰਕੇ ਫੀਡ ਮਿਲ ਫੀਡ ਦੇ ਵਿੱਚ ਔਰ ਤੂੜੀ ਦੇ ਵਿੱਚ ਪੱਠਾ ਹਰਾ ਚਾਰਾ ਨਹੀਂ ਮਿਲ ਰਿਹਾ ਸਭ ਤੋਂ ਵੱਡੀ ਪ੍ਰੋਬਲਮ ਹਰੇ ਚਾਰੇ ਦੀ ਤੂੜੀ ਔਰ ਹਰਾ ਚਾਰਾ ਮੇਨ ਬੇਸਿਕ ਜਿਹੜੀ ਪ੍ਰੋਬਲਮ ਸੀ ਜ਼ਿਆਦਾ ਸੋ ਇੱਕ ਪਾਸੇ ਵੇਰਕਾ ਵੱਲੋਂ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਅਤੇ ਦੂਸਰੇ ਪਾਸੇ ਡਾਇਰੀ ਕਾਰੋਬਾਰੀਆਂ ਨੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਸਿੱਧਾ 3 ਰੁਪਏ ਦਾ ਇਜ਼ਾਫਾ ਕਰ ਦਿੱਤਾ ਹੈ ਹੁਣ ਵੇਖਣਾ ਇਹ ਹੋਇਆ ਕਿ ਆਮ ਲੋਕਾਂ ਉੱਤੇ ਇਸ ਦਾ ਕੀ ਅਸਰ ਪੈਂਦਾ ਹੈ ਕਿਉਂਕਿ ਜੋ ਨੀਤੀਆਂ ਕੇਂਦਰ ਸਰਕਾਰ ਦੀਆਂ ਨੇ ਉਹਨਾਂ ਨੇ ਆਮ ਲੋਕਾਂ ਦੀ ਆਮ ਕਾਰੋਬਾਰੀਆਂ ਦੀ ਕਮਰ ਤੋੜ ਕੇ ਰੱਖੀ ਹੋਈ ਹੈ ਖਰਚੇ ਕੱਢਣੇ ਹਰ ਕਾਰੋਬਾਰੀ ਨੂੰ ਔਖੇ ਹੋ ਰਹੇ ਨੇ ਜਿਸ ਦੇ ਕਰਕੇ ਹਰ ਚੀਜ਼ ਦੀਆਂ ਕੀਮਤਾਂ ਵੱਧ ਰਹੀਆਂ ਨੇ ਪਰ ਇਸ ਤ੍ਰਾਸਦੀ ਤੋਂ ਭਾਰਤ ਅਤੇ ਪੰਜਾਬ ਕਦੋਂ ਬਾਹਰ ਨਿਕਲਦਾ ਹੈ ਇਹ ਵੇਖਣਾ ਹੋਵੇਗਾ ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਗੁਰਬਾਣੀ ਖੰਡਮਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।